ਜਸ ਪੰਜਾਬੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਨਿਗਾ ਸਵਾਗਤ ਹੈ ਕਿਤਾਬਾਂ ਦੀ ਗੱਲ ਕਰਦੇ ਆ ਤੇ ਅੱਜ ਇਤਿਹਾਸਿਕ ਪੁਸਤਕ ਜਿਸ ਨੂੰ ਡਾਕਟਰ ਮਹਿੰਦਰ ਸਿੰਘ ਰਣਤਾਵਾ ਹੋਰਾਂ ਨੇ ਸੰਪਾਦਿਤ ਕੀਤਾ ਉਹਦੀ ਗੱਲ ਕਰਿਆ ਪਾਸ਼ਾ ਵਿਭਾਗ ਪੰਜਾਬ ਦੁਆਰਾ ਇਹ ਸ਼ਾਪੀ ਕੀ ਪੁਸਤਕ ਹੈ ਜਿਹਦੇ 700 ਤੋਂ ਵੱਧ ਪੰਨੇ ਨੇ ਤੇ ਇਹ ਵੱਡ ਅਕਾਰੀ ਪੁਸਤਕ ਹੈ ਇਸ ਪੁਸਤਕ ਚ ਪੰਜਾਬ ਦਾ ਉਹ ਸਾਰਾ اخਲਾਕੀ ਪੱਖ ਪੰਜਾਬ ਦਾ ਉਹ ਸਾਰਾ ਬਹਾਦਰੀ ਵਾਲਾ ਪੱਖ ਪੰਜਾਬ ਦਾ ਪਿਛੋਕੜ ਪੰਜਾਬ ਦਾ ਇਤਿਹਾਸ ਪੰਜਾਬ ਦੇ ਲੋਕ ਗੀਤ ਪੰਜਾਬ ਦੇ ਲੋਕ ਨਾਚ ਪੰਜਾਬ ਦੀਆਂ ਖੇਡਾਂ ਤੇ ਪੰਜਾਬ ਦਾ ਸਾਹਿਤ ਜਿਹੜਾ ਹੈ ਉਹ ਸੰਵਾਲਿਆ ਗਿਆ ਹੈ ਇਹਦੇ ਵਿੱਚ ਉਹ ਸਾਨੂੰ ਸਾਰਾ ਕੁਝ ਮਿਲ ਸਕਦਾ ਹੈ ਜੋ ਅਸੀਂ ਪੰਜਾਬ ਤੋਂ ਲੱਭਣਾ ਚਾਹੁੰਦੇ ਹਾਂ ਜਾਉ ਸਾਰਾ ਕੁਝ ਪੜ ਸਕਦੇ ਆ ਜਿਹਦੇ ਤੇ ਪੰਜਾਬੀ ਮਾਣ ਕਰਦੇ ਨੇ ਇੱਕ ਸਤਰਾਂ ਨੇ ਕਿ ਨਾ ਚੱਕੋ ਵੇ ਹਾਕਮੋ ਧਨ ਦੌਲਤ ਦੀ ਅਤ ਨਾ ਚੱਕੋ ਵੇ ਹਾਕਮੋ ਧਨ ਦੌਲਤ ਦੀ ਅਤ ਸਿਕੰਦਰ ਕੱਢ ਕੇ ਹੂਕ ਦਾ ਕਬਰਾਂ ਵਿੱਚੋਂ ਹੱਥ ਪੰਜਾਬੀਆਂ ਨੇ ਨਹੀਂ ਸਾਰੀ ਦੁਨੀਆ ਨੇ ਸਿਕੰਦਰ ਦਾ ਨਾਂ ਸੁਣਿਆ ਸਿਕੰਦਰ ਨੂੰ ਸਾਰੇ ਜਾਣਦੇ ਨੇ ਵਾਧ ਸ਼ਾ ਸਕੰਦਰ ਨੂੰ ਇਸ ਕਰਕੇ ਵੀ ਜਾਣਿਆ ਜਾਂਦਾ ਕਿ ਸਕੰਦਰ ਦਾ ਸੁਪਨਾ ਉਹਦੇ ਤੋਂ ਵੀ ਵੱਡਾ ਸੀ ਉਹ ਦੁਨੀਆ ਜਿੱਤ ਲੈਣਾ ਚਾਹੁੰਦਾ ਸੀ ਤੇ ਸਕੰਦਰ ਬਾਰੇ ਇਸ ਪੁਸਤਕ ਦੇ ਪੰਨਾ ਨੰਬਰ 25 ਉੱਤੇ ਜੋ ਕੁਝ ਅੰਕਤ ਹੈ ਉਹ ਪੰਜਾਬ ਦੇ ਗੌਰਵਮਈ ਇਤਿਹਾਸ ਦੀ ਇੱਕ ਜਿਉਂਦੀ ਜਾਗਦੀ ਉਦਾਹਰਣ ਹੈ ਕਹਿੰਦੇ ਨੇ ਕਿ ਈਸਾ ਤੋਂ ਪਹਿਲਾਂ ਇਸ ਪੁਸਤਕ ਦੇ ਵਿੱਚ ਲਿਖਿਆ ਹੋਇਆ ਹੈ 326 ਸਨ ਵਿੱਚ ਸਿਕੰਦਰ ਨੇ ਈਰਾਨ ਨੂੰ ਜਿੱਤ ਕੇ ਹਿੰਦੁਸਤਾਨ ਤੇ ਆ ਤਾਵਾ ਬੋਲਿਆ। ਉਣੀ ਦਿਨੀ ਸਿੰਧ ਦਰਿਆ ਈਰਾਨ ਦੀ ਚੜ੍ਹਦੀ ਹੱਦ ਸੀ। ਤਕਸ਼ਿਲਾ ਦੇ ਰਾਜਾ ਅੰਭੀ ਦੇਸ ਸਿਕੰਦਰ ਦੀ ਈਨ ਮੰਨ ਲੈਣ ਕਰਕੇ ਉਹ ਸੌਕੇ ਹੀ ਸਿੰਧੋਂ ਪਾਰ ਹੋਇਆ ਅਤੇ ਰਾਜਾ ਪੂਰੂ ਪੋਰਸ ਤੇ ਕਈ ਦੇਸ਼ ਉੱਤੇ ਹੱਲਾ ਬੋਲ ਦਿੱਤਾ। ਪੂਰੂ ਸੂਰਮਿਆਂ ਵਾਂਗੂ ਡਟ ਕੇ ਲੜਿਆ ਪਰ ਸਿਕੰਦਰ ਦੇ ਉੜ ਚੜਿਆ ਅੱਗੇ ਉਹਦੀ ਕੋਈ ਪੇਛਾ ਨਾ ਗਈ ਤੇ ਉਹ ਹਾਰ ਖਾ ਗਿਆ ਸਕੰਦਰ ਹੁਣ ਚੜਦੇ ਵੱਲ ਅੱਗੇ ਵਧਿਆ ਪੈਰ ਪੈਰ ਤੇ ਪੰਜਾਬੀਆਂ ਨੇ ਉਸ ਦਾ ਟੱਕਰਾ ਕੀਤਾ ਇਹ 326 ਸਨ ਦੀ ਈਸਾ ਤੋਂ ਪਹਿਲਾਂ 326 ਸਨ ਦੀ ਗੱਲ ਹੈ ਕਿ ਪੈਰ ਪੈਰ ਤੇ ਪੰਜਾਬੀਆਂ ਨੇ ਉਸ ਦਾ ਟੱਕਰਾ ਕੀਤਾ ਤੇ ਰਾਵੀ ਲੰਘ ਕੇ ਇਕੱਠੇ ਹੋ ਲੋਕਾਂ ਨਾਲ ਜੋ ਜੁੱਧ ਸਕੰਦਰ ਦਾ ਹੋਇਆ ਉਹ ਇਤਿਹਾਸ ਹੈ ਜਨਾਨੀ ਘਬਰਾ ਉੱਠੇ ਤੇ ਸਕੰਦਰਪੁਰੂ ਦੀ ਸਹਾਇਤਾ ਨਾਲ ਹੀ ਜਿੱਤ ਪ੍ਰਾਪਤ ਕਰ ਸਕਿਆ ਹੁਣ ਉਹ ਵਿਆਸ ਦੇ ਕੰਢੇ ਇਹ ਹੁਸ਼ਿਆਰਪੁਰ ਜ਼ਿਲ੍ਹੇ ਦੀ ਗੱਲ ਹੈ ਜਦੋਂ ਹੱਦ ਤੇ ਪੁੱਜਾ ਤਾਂ ਸਕੰਦਰ ਦੀ ਫੌਜ ਨੇ ਅੱਗੇ ਵੱਧਣੋਂ ਨਾ ਕਰ ਦਿੱਤੀ ਨਿਤ ਦੇ ਟੱਕਰਿਆ ਨੇ ਜਨਾਨੀਆਂ ਦਾ ਦੰਮ ਤੋੜ ਦਿੱਤਾ ਹਾਲੇ ਅੱਧਾ ਪੰਜਾਬ ਹੋਰ ਅੱਗੇ ਪਿਆ ਸੀ ਸਕੰਦਰ ਨੂੰ ਮੰਨਣਾ ਪਿਆ ਸੀ ਕਿ ਪੰਜਾਬੀਆਂ ਨੇ ਉਹਨੂੰ ਕਿੱਥੇ ਰਾਤ ਤੋਂ ਅੱਗੇ ਵੀ ਸਿੰਧ ਦਰਿਆਤ ਤੋਂ ਲੰਘ ਕੇ ਵੀ ਜਿ ਚਣੇ ਚਮਾਉਣੇ ਇਹ ਅਬਾਲੀ ਕਹਾਵਤ ਸਿੱਧ ਕਰਕੇ ਵਿਖਾਈ ਆ ਤਾਂ ਉਹ ਸਿਰਫ ਪੰਜਾਬੀਆਂ ਨੇ ਵਿਖਾਈ ਆ ਐਵੇਂ ਅਸੀਂ ਪੰਜਾਬ ਦਾ ਗੁਣगान ਨਹੀਂ ਕਰਦੇ ਐਵੇਂ ਅਸੀਂ ਪੰਜਾਬ ਦੀਆਂ ਬਾਤਾਂ ਨਹੀਂ ਪਾਉਂਦੇ ਪੰਜਾਬ ਦੀ ਮਿੱਟੀ ਸੋਨਾ ਉਗਲਦੀ ਰਹੀ ਆ ਪੰਜਾਬ ਦੀ ਭੁਉਂੇ ਜ਼ਰਖੇਜ਼ ਭੁਉਂੇ ਆ ਪੰਜਾਬ ਦੇ ਜੰਮਿਆਂ ਨੂੰ ਜਿਹੜੀਆਂ ਅਸੀਂ ਗੱਲਾਂ ਕਰਦੇ ਹਾਂ ਕਿ ਨਿੱਤ ਮੁਹਿਮਾ ਇਹਦੇ ਪਿੱਛੇ ਬੜਾ ਇਤਿਹਾਸ ਹੈ ਕਿ ਚਾਹੇ ਸਿੱਖ ਰਾਜ ਦੀ ਗੱਲ ਕਰ ਲਵੋ ਚਾਹੇ ਦੇਸ਼ ਦੀ ਆਜ਼ਾਦੀ ਦੀ ਗੱਲ ਕਰ ਲਵੋ ਤੇ ਚਾਹੇ ਦੇਸ਼ ਵੱਲੋਂ ਲੜੀਆਂ ਗਈਆਂ ਜੰਗਾਂ ਦੀ ਗੱਲ ਕਰ ਲਓ ਪੰਜਾਬੀਆਂ ਨੇ ਮੋਹਰੇ ਹੋ ਕੇ ਕੁਰਬਾਨੀਆਂ ਹੀ ਨਹੀਂ ਦਿੱਤੀਆਂ ਦੇਸ਼ ਨੂੰ ਇੱਜ਼ਤ ਅਣਖ ਤੇ ਗੈਰਤ ਲੈ ਕੇ ਦਿੱਤੀ ਹੈ ਪੰਜਾਬ ਗੁਰਾਂ ਦੇ ਨਾਂ ਤੇ ਜਿਵੇਂ ਮੈਂ ਪਹਿਲਾਂ ਕਿਹਾ ਵੀ ਕਿਹਾ ਸੀ ਕਿ ਵਸਦਾ ਹੈ ਪੰਜਾਬ ਹਿੰਦੁਸਤਾਨ ਦੇ ਨਾਲ ਜਿਸ ਤਰ੍ਹਾਂ ਦੀ ਭੂਮਿਕਾ ਨਿਭਾਉਂਦਾ ਆਇਆ ਹੈ ਪਰ ਦੇ ਇਤਿਹਾਸ ਵਿੱਚ ਜੋ ਹਿੰਦੁਸਤਾਨ ਪਰ ਦੇ ਇਤਿਹਾਸ ਵਿੱਚ ਜੋ ਪੰਜਾਬ ਦਾ ਜ਼ਿਕਰ ਹੈ ਉਹਨੂੰ ਕਦੇ ਵੀ ਮਰਫੀ ਨਹੀਂ ਕੀਤਾ ਜਾ ਸਕੇਗਾ ਦਇਆ ਸਿੰਘ ਦਿਲਵਰ ਹੁਰਾ ਨੇ ਪੰਜਾਬ ਬਾਰੇ ਬੜਾ ਅੱਛਾ ਬੋਲਿਆ ਬੜੀ ਅੱਛੀ ਉਹਨਾਂ ਨੇ ਪੋਇਟਰੀ ਕੀਤੀ ਆ ਆਪਣੀਆਂ ਢਾਡੀ ਬਾਹਰਾਂ ਚ ਦਇਆ ਸਿੰਘ ਦਿਲਵਰ ਤਾਂ ਸਾਡੇ ਵਿਚਕਾਰ ਨਹੀਂ ਪਰ ਉਹਨਾਂ ਦੇ ਪੁੱਤਰ ਕੁਲਜੀਤ ਸਿੰਘ ਦਿਲਵਰ ਹੁਰਾ ਨੇ ਇੱਕ ਕਵਿਤਾ ਪੰਜਾਬ ਬਾਰੇ ਆਪਣੇ ਪਿਓ ਦਇਆ ਸਿੰਘ ਦਿਲਵਰ ਬਾਰੇ ਭੇਜੀ ਆ ਸੁਣ ਕੇ ਲੂੰ ਕੰਡੇ ਖੜੇ ਹੋ ਜਾਂਦੇ ਨੇ ਕਿ ਇਹ ਪੰਜਾਬ ਸੀ ਸਾਡਾ ਜਿਸ ਪੰਜਾਬ ਦੀ ਗੱਲ ਡਾਕਟਰ ਮਹਿੰਦਰ ਸਿੰਘ ਰੰਦਾਵਾ ਹੁਰੀ ਪੰਜਾਬ ਪੁਸਤਕ ਚ ਕਰੇ ਨੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪੰਜਾਬ ਪ੍ਰੀਤਾਂ ਅਤੇ ਗੀਤਾਂ ਦਾ ਦੇਸ਼ ਹੈ ਇਸ ਦੀ ਮਿੱਟੀ ਦੇ ਵਿੱਚੋਂ ਇਸ਼ਕ ਪੁੰਗਰਿਆ ਵਾਰਸ ਦੀ ਹੀ ਪੀਲੂ ਦਾ ਮਿਰਜ਼ਾ ਕਾਦਰ ਦਾ ਪੂਰਨ ਫਜ਼ਲ ਸਾਦੀ ਸੋਣੀ ਦੇ ਕਿੱਸੇ ਅੱਜ ਵੀ ਲੋਕਾਂ ਦੀ ਜ਼ੁਬਾਨ ਤੇ ਗੂੰਜ ਰਹੇ ਨੇ ਕਿਸੇ ਪੰਜਾਬੀ ਦੇ ਮਸਤ ਸ਼ਾਇਰ ਨੇ ਕਿਹਾ ਇਹੋ ਪੰਜਾਂ ਦਰਿਆਵਾਂ ਦਾ ਦੇਸ਼ ਮੇਰਾ ਸਵਰਗੋਂ ਵੱਧ ਕੇ ਈਸ ਦੀ ਸ਼ਾਨ ਯਾਰੋ ਇੱਥੇ ਗੋਰੀਆਂ ਸ਼ੀਨੀਆਂ ਸਰੂ ਜਈਆਂ ਅਤੇ ਗੱਭਰੂ ਸ਼ੈਲ ਜਵਾਨ ਯਾਰੋ ਇੱਥੇ ਲੋਕ ਵਸਦੇ ਨਿਰੇ ਦੁੱਧ ਤੋਤੇ ਦਿਲ ਸਾਫ਼ ਕਫੂਰ ਸਮਾਨ ਯਾਰੋ ਉਹ ਵਾਰਿ ਸ਼ਾਹ ਤੇ ਬੁੱਲੇ ਨੇ ਆਖਿਆ ਸੀ ਡਾਢੀ ਮਿੱਠੀ ਹੈ ਇਹਦੀ ਜ਼ਬਾਨ ਯਾਰੋ ਉਹ ਪੰਜਾਬ ਜਿਸ ਦੀ ਸਸਸ ਧਰਤੀ مخਮਲੀ ਮੈਦਾਨ ਫੁੱਲਾਂ ਭਰੀਆਂ ਗੁਲਸਾਰਾ ਖੇੜੇ ਬਾਗ ਬੋਲਦੀਆਂ ਕੋਇਲਾ ਹੱਸਦੇ ਚਮਨ ਵਹਿੰਦੇ ਔਲੂ ਚੱਲਦੇ ਹਲਟ ਲਹਿਰਾਂਵੀਆਂ ਫਸਲਾਂ ਫੇਰਦੀਆਂ ਮਧਾਨੀਆਂ ਗੂੰਜਦੀਆਂ ਚਾਟੀਆਂ ਛਲਕ ਦੀਆਂ ਕਸ਼ੀਆਂ ਮੱਝੀਆਂ ਪਰੇ ਬੀਲੇ ਪੰਜਾਬੀਆਂ ਦੇ ਪਿਆਰ ਭਰੇ ਦਿਲ ਨੱਚਦੀ ਟੱਪਦੀ ਗਾਉਂਦੀ ਧਰੂੰਦੀ ਕਵਤਾ ਲਿਖਣ ਵਾਲੇ ਪੰਜਾਬੀ ਦੇ ਮਸਤ ਸ਼ਾਇਰ ਪੰਜਾਬ ਦੇ ਸ਼ੈਲ ਸ਼ਬੀਲੇ ਗਬਰੂ ਚੌੜੀਆਂ ਛਾਤੀਆਂ ਫਰਕ ਦੇ ਡੌਲੇ ਕੁੰਡੀਆਂ ਮੱਛਾਂ ਗੈਰਤ ਔਰ ਅਣਖ ਦੇ ਪੁਤਲੇ ਜਿਨ੍ਹਾਂ ਦਾ ਅੱਜ ਵੀ ਦੁਨੀਆ ਲੋਹਾ ਮੰਦੀ ਏ ਉਸ ਪੰਜਾਬ ਦੇ ਬਾਰੇ ਟਾਡੀ ਸ਼ਾਇਰੀ ਦੇ ਬਾਬਾ ਬੋੜ ਮਰਹੂਮ ਟਾਡੀ ਗਿਆਨੀ ਦਾਸ ਸਿੰਘ ਢਿਲਵਰ ਜੀ ਨੇ ਆਪਣੀ ਕਲਮ ਨਾਲ ਪੰਜਾਬ ਦਾ ਨਕਸ਼ਾ ਖਿੱਚਿਆ ਜੋ ਆਪ ਜੀ ਦੇ ਰੂਪ ਰੂਪ ਕਰ ਰਿਹਾ ਹਾਂ ਉਹ ਲਿਖਦੇ ਨੇ ਇਹ ਸੋਹਣਾ ਦੇਸ਼ ਪੰਜਾਬ ਇਹਦੀਆਂ ਅਜਬ ਨਹਾਰਾਂ ਇਹ ਸੋਹਣਾ ਦੇਸ਼ ਪੰਜਾਬ ਇਹਦੀਆਂ ਅਜਬ ਨਹਾਰਾਂ ਇਥੇ ਸ਼ੈਲ ਸ਼ਬੀਲੇ ਗਬਰੂ ਅਨਖੀਲੀਆਂ ਨਾਰਾਂ ਹਣ ਜੁੱਸੇ ਵਾਂਗ ਫਲਾਦ ਮੈਨ ਬਿਜਲੀ ਦੀਆਂ ਤਾਰਾਂ ਇੱਥੇ ਕੁਦਰਤ ਖੇੜ ਖੇੜ ਹੱਸਦੀ ਇੱਥੇ ਕੁਦਰਤ ਖੇੜ ਖੇੜ ਹੱਸਦੀ ਹਣ ਮੌਜ ਬਹਾਰਾਂ ਇੱਥੇ ਮੱਝਾਂ ਗਾਵਾਂ ਦੇਂਦੀਆਂ ਦੁੱਧ ਵਾਂਗ ਚਲਾਰਾਂ ਇੱਥੇ ਚਾਟੀਆਂ ਵਿੱਚ ਮਧਾਨੀਆਂ ਪਾਵਨ কুমਕਾਰਾਂ ਇਥੇ ਮੱਖਣ ਪੀੜੇ ਖਾਉਂਦੇ ਗੱਬਰੂ ਮੁਟਿਆਰਾ ਇਥੇ ਖੇਤਾਂ ਵਿੱਚ ਹਲ ਵਾਹਮਦੇ ਜੱਟ ਗਾਉਂਦੇ ਵਾਰਾਂ ਇਥੇ ਲੱਗਣ ਢੇਰ ਅਨਾਜ ਦੇ ਨਹੀਂ ਅੰਤ ਸ਼ੁਮਾਰਾਂ ਇਥੇ ਬਾਗੀ ਬੋਲਣ ਭੁਲਬਲਾ ਮੈਕਨ ਘੁਰਸਾਰਾਂ ਇਥੇ ਢੋਲੇ ਗਾਏ ਪਿਆਰ ਦੇ ਦਿਲਬਰ ਦਿਲਦਾਰਾਂ ਪੰਜਾਬ ਵੱਲ ਥੋੜਾ ਧਿਆਨ ਨਹੀਂ ਤਬਕੋ ਨਹੀਂ ਸਗੋਂ ਡੂੰਘਾਈ ਚ ਜਾ ਕੇ ਜੋੜਨ ਦਾ ਯਤਨ ਕਰੋ ਜੇ ਇਦਾਂ ਕਰੋਗੇ ਦੁਨੀਆ ਚ ਕਿਤੇ ਵੀ ਬੈਠੇ ਹੋ ਤੁਹਾਡੀ ਪਛਾਣ ਪੰਜਾਬ ਕਰਕੇ ਆ ਪੰਜਾਬੀਅਤ ਕਰਕੇ ਆ ਤੇ ਜੇ ਆਪਣੇ ਬੱਚਿਆਂ ਨੂੰ ਇਹ ਗਿਆਨ ਵੰਡ ਗਏ ਤਾਂ ਸਮਝ ਲਓ ਪੰਜਾਬ ਕਦੇ ਨਹੀਂ ਮਰਦਾ ਪੰਜਾਬੀ ਜਵਾਨ ਨੂੰ ਕੁਝ ਨਹੀਂ ਹੁੰਦਾ ਪਰ ਤੁਹਾਡੀ ਹਿੰਮਤ ਤੁਹਾਡੀ ਲਗਨ ਕਦੇ ਵੀ ਪੰਜਾਬੀ ਨਾਲੋਂ ਨਹੀਂ ਟੁੱਟਣੀ ਚਾਹੀਦੀ ਇਸ ਪੁਸਤਕ ਪੰਜਾਬ ਬਾਰੇ ਗੱਲ ਕਰਦੇ ਆ ਪਰ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਇਆਂ ਨੂੰ ਅਸੀਂ ਇੱਕ ਆਪਣੀ ਜ਼ਿੰਮੇਵਾਰੀ ਵੀ ਨਿਭਾ ਰਹੇ ਹਾਂ ਕਿਉਂਕਿ ਇਹ ਵਕਤ ਦੀ ਵੀ ਮੰਗ ਹੈ ਕਿ ਆਉਣ ਵਾਲੀਆਂ ਨਸਲਾਂ ਜੋ ਵਿਗਿਆਨਕ ਯੁੱਗ ਦੇ ਪ੍ਰਭਾਵ ਹੇਠ ਜ਼ਿਆਦਾ ਆਰੀਆਂ ਨੇ ਉਹਨਾਂ ਨੂੰ ਉਸ ਢੰਗ ਨਾਲ ਅਸੀਂ ਆਪਣੀ ਵਿਰਾਸਤ ਅਸੀਂ ਆਪਣੀ ਪੰਜਾਬੀ ਬੋਲੀ ਤੇ ਪੰਜਾਬੀ ਭਾਸ਼ਾ ਬਾਰੇ ਸੁਚੇਤ ਕਰਦੇ ਰਹੀਏ ਇਹਨਾਂ ਪ੍ਰੋਗਰਾਮਾਂ ਦਾ ਮਕਸਦ ਸਿਰਫ ਐਂਟਰਟੇਨਮੈਂਟ ਨਹੀਂ ਹੁੰਦਾ ਸੋ ਇਹਨਾਂ ਪ੍ਰੋਗਰਾਮਾਂ ਦਾ ਉਦੇਸ਼ ਕੁਝ ਕੰਟਰੀਬਿਊਟ ਕਰਨਾ ਹੁੰਦਾ ਕੁਝ ਦੇਣਾ ਹੁੰਦਾ ਪੰਜਾਬ ਦੀ ਗੱਲ ਕਰ ਰਿਆਂ ਪੰਜਾਬ ਦੀ ਗੱਲ ਅੱਜ ਦੇ ਮਾਹੌਲ 'ਚ ਜਦੋਂ ਅਸੀਂ ਕਰਦੇ ਆਂ ਤੇ ਕਈ ਵਾਰ ਏਦਾਂ ਲੱਗਦਾ ਵੀ ਅੱਖ 'ਚੋਂ ਅਥਰੂ ਨਾ ਟਪਕ ਪਵੇ ਪੰਜਾਬ ਦੀ ਜਵਾਨੀ ਕਿੱਧਰ ਨੂੰ ਜਾ ਰਹੀ ਹੈ ਪੰਜਾਬ 'ਚ ਕੀ ਕੁਝ ਹੋ ਰਿਹਾ ਹੈ ਮਾਵਾਂ ਦੇ ਚਿਹਰਿਆਂ 'ਤੇ ਰੌਣਕ ਨਹੀਂ ਰਹੀ ਹਰ ਸ਼ਾਮ ਬਹੁਤੇ ਘਰਾਂ 'ਚ ਝਗੜੇ ਉਦਾਸੀਆਂ ਤੇ ਦੀਵੇ ਬੁਝਦੇ ਨੇ ਮਾਵਾਂ ਸਵੇਰ ਨੂੰ ਪੁੱਤ ਤੋੜ ਕੇ ਬਾਈ ਗੁਰੂ ਅਗੇ ਅਰਦਾਸ ਕਰਦੀਆਂ ਨੇ ਕਿ ਸੱਚਾ ਪਾਤਸ਼ਾਹ ਜਿੱਦਾਂ ਦਾ ਪੁੱਤ ਮੈਂ ਘਰੋਂ ਤੋੜਿਆ ਇਸ ਸ਼ਾਮ ਨੂੰ ਇਦਾਂ ਦਾ ਪਰਤੇ ਇਹ ਉਸ ਪੰਜਾਬ ਦੀ ਗੱਲ ਹੈ ਜਿਹੜਾ ਜ਼ੋਧਿਆਂ ਦਾ ਪੰਜਾਬ ਹੈ ਜਿਹੜਾ ਭਗਤ ਸਿੰਘ ਦਾ ਪੰਜਾਬ ਹੈ ਜਿਹੜਾ ਕਰਤਾਰ ਸਿੰਘ ਸਰਾਭੇ ਉਦਮ ਸਿੰਘ ਦਾ ਪੰਜਾਬ ਹੈ ਜਿਹੜਾ ਪੰਜਾਬ ਹਰੀ ਸਿੰਘ ਨਲੂਏ ਬਹਾਦਰ ਦੀ ਵਿਰਾਸਤ ਲੈ ਕੇ ਬੈਠਾ ਤੇ ਜਿਹੜਾ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬ ਹੈ ਪੰਜਾਬ ਸਿੱਖ ਰਾਜ ਨਾਲ ਜੁੜਿਆ ਹੋਇਆ ਹੈ। ਪੰਜਾਬ ਵਿੱਚ ਕਿਤੇ ਗਿੱਧੇ ਪੈਂਦੇ ਨੇ, ਕਿਤੇ ਗੀਤ ਸੁਣੇ ਜਾਂਦੇ ਨੇ, ਕਿਤੇ ਅਖਾੜੇ ਲੱਗੇ ਹੋਏ ਨੇ, ਕਿਤੇ ਚਿੰਝਾਂ ਪੈਰੀਆਂ, ਕਿਤੇ ਖੇਡ ਮੇਲੇ ਹੋ ਰਹੇ ਆ। ਤੇ ਪੰਜਾਬ 'ਚ ਪਿੱਪੜਾਂ ਨਾਲ ਪਿੰਗਾ ਪਈਆਂ ਹੋਈਆਂ ਨੇ। ਕਿਤੇ ਮੁਟਿਆਰਾਂ ਤਿਰੰਜਣਾਛੀ ਗੀਤ ਗਾਉਂਦੀਆਂ ਸੀ, ਕਿਤੇ ਤੀਆਂ ਦੇ ਮੇਲੇ ਲੱਗਦੇ ਸੀ। ਪਰ ਹੁਣ ਲੱਗਦੇ ਆ ਤੇ ਬਹੁਤੇ ਨਹੀਂ ਲੱਗਦੇ ਇਹ ਸ਼ਬਦ ਮੈਂ ਇਸ ਕਰਕੇ ਵਰਤਿਆ ਕਿ ਪੰਜਾਬ ਦੀ ਤਸਵੀਰ ਜਿਹੜੀ ਆ ਉਹ ਦਿਨ ਬਦਨ ਬਦਲਦੀ ਜਾ ਰਹੀ ਹੈ ਔਰ ਇਹ ਨਿਸ਼ਚੈ ਬਹੁਤ ਚਿੰਤਾ ਕਰਨ ਵਾਲਾ ਵਿਸ਼ਾ ਮੈਂ ਇੱਕ ਮੁਗਲ ਰਾਜ ਦੀ ਗੱਲ ਦੱਸਣ ਲੱਗਾ ਔਰ ਇਹ ਬਹੁਤ ਧਿਆਨ ਨਾਲ ਸੁਣਨ ਵਾਲੀ ਗੱਲ ਹੈ ਪੰਜਾਬ ਨੂੰ ਕਿਸੇ ਪਾਸਿਓਂ ਵੀ ਸੱਜੇ ਖੱਬੇ ਨਹੀਂ ਕੀਤਾ ਜਾ ਸਕੇਗਾ ਕਿਉਂਕਿ ਇਤਿਹਾਸਕ ਤੌਰ ਤੇ ਦਸਤਾਵੇਜੀ ਤੌਰ ਤੇ ਪੰਜਾਬ ਜੋ ਬੋਲਦਾ ਉਹ ਸੁਣ ਕੇ ਵੇਖੋ ਫਿਰ ਤੁਹਾਡੇ ਕੰਨ ਵੀ ਜਿਹੜੇ ਸੁਚੇਤ ਹੋਣਗੇ ਤੁਹਾਡਾ ਮਨ ਵੀ ਸੁਚੇਤ ਹੋਏਗਾ ਤੈਮੂਰ ਜਾਂਦੀਬਾਰੀ ਸੈयद ਖਜ਼ਰ ਖਾਨ ਨੂੰ ਪੰਜਾਬ ਦੀ ਹਕੂਮਤ ਦੇ ਕੇ ਗਿਆ ਪਰ ਸੈयद ਅਤੇ ਲੋਧੀਆਂ ਦੇ ਜਮਾਨੇ ਵਿੱਚ ਕੋਈ ਤਕੜੀ ਹਕੂਮਤ ਨਾ ਬਣ ਸਕੀ ਆਂਤ ਮੋਗਲ ਰਾਜ ਦੇ ਮੋਢੀ ਬਾਬਰ ਬਾਦਸ਼ਾਹ ਨੇ ਹਿੰਦੁਸਤਾਨ ਦੀ ਬਾਦਸ਼ਾਹੀ ਆਸਮਾ ਵਾਦਸ਼ਾਹੀ ਅਸਮਾਲੀ ਸਵਾ 200 ਸਾਲ 15 ਤੋਂ 26 1526 ਤੋਂ 1752 ਤੱਕ ਪੰਜਾਬ ਮੁਗਲ ਰਾਜ ਦਾ ਹਿੱਸਾ ਬਣਿਆ ਰਿਹਾ ਜਿੱਥੋਂ ਅਹਿਮਦ ਸ਼ਾਹ ਦੁਰਾਨੀ ਅਫਗਾਨ ਨੇ ਇਸ ਨੂੰ ਬਕਰਾ ਕਰ ਦਿੱਤਾ ਤੇ 1764 ਵਿੱਚ ਸਿੱਖਾਂ ਨੇ ਸਾਡੇ 700 ਸਾਲ ਪਿਛੋਂ ਪੰਜਾਬ ਵਿੱਚ ਮੋੜ ਪੰਜਾਬੀਆਂ ਦੀ ਹਕੂਮਤ ਕਾਇਮ ਕੀਤੀ ਇਸ ਇਤਿਹਾਸ ਨੂੰ ਇਹਨਾਂ ਤੱਥਾਂ ਨੂੰ ਕਿੱਥੇ ਲੁਕੋ ਲਵਾਂਗੇ ਐ ਬਾਬਰ ਨੇ ਉਹ 1526 ਵਿੱਚ ਪਾਣੀਪਤ ਦੀ ਲੜਾਈ ਵਿੱਚ ਇਬਰਾਹਿਮ ਲੋਧੀ ਉੱਤੇ ਫਤਿਹ ਪਾ ਕੇ ਦਿੱਲੀ ਵਿੱਚ ਮੁਗਲ ਰਾਜ ਦੀ ਨੀਂਹ ਰੱਖੀ ਪਰ 14 ਸਾਲ ਪਿੱਛੋਂ 1540 ਵਿੱਚ ਸ਼ੇਰ ਸ਼ਾ ਸੂਰੀ ਨੇ ਬਾਬਰ ਦੇ ਪੁੱਤਰ ਹਮਾਜੂ ਹਿੰਦੁਸਤਾਨ ਤੋਂ ਪਜਾ ਕੇ ਰਾਣਵਾਲ ਤੱਕ ਦਿੱਤਾ ਇਸ ਪਹਾਜ ਨੇ ਮੁਲਤਾਨ ਅਤੇ ਇਲਾਕੇ ਮੁਲਤਾਨ ਦੇ ਇਲਾਕੇ ਵਿੱਚ ਅਮਰਕੋਟ ਦੇ ਸਥਾਨ ਤੇ ਅਕਬਰ ਨੇ ਜਨਮ ਲਿਆ 15 ਸਾਲ ਪਿੱਛੋਂ ਜਦ ਹਮਾਜੂ ਮੁੜ ਹਿੰਦੁਸਤਾਨ ਦਾ ਬਾਦਸ਼ਾਹ ਬਣਿਆ ਤਾਂ 1556 ਵਿੱਚ ਖਾਰ ਗਿਆ ਤਾਂ ਅਕਬਰ ਦੀ ਤਾਜਪੋਸ਼ੀ ਪੰਜਾਬ ਵਿੱਚ ਹੀ ਕਲਾ ਨੌਰਥ ਮੁਕੰਮਲ ਹੋਈ ਸੀ ਅਕਬਰ ਨੂੰ ਤਾਜਪੋਸ਼ੀ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਚ ਪੈਂਦੇ ਸ਼ਹਿਰ ਕਲਾ ਨੌਰਥ ਤੋਂ ਮਿਲੀ ਸੀ ਪੰਜਾਬ ਮੁਗਲ ਰਾਜ ਦੀ ਕਹਾਣੀ ਆਪਣੇ ਢਿੱਡ ਚ ਲੁਕੋ ਕੇ ਬੈਠਾ ਸਾਂਭ ਕੇ ਬੈਠਾ ਪੰਜਾਬ ਇਹ ਜੋ ਮੈਂ ਇਹ ਗੱਲਾਂ ਕੀਤੀਆਂ ਨੇ ਇਸ ਪੁਸਤਕ ਚ 32 ਨੰਬਰ ਸਫੇਤੇ ਨੇ ਇੱਕ ਗੱਲ ਮੈਂ ਹੋਰ ਕਹਾਂਗਾ ਕਿ ਫੁਲਕਾਰੀ ਕਸੀਦੇ ਕੱਢਦੀਆਂ ਮੁਟਿਆਰਾਂ ਉਹਨਾਂ ਦੀਆਂ ਤਸਵੀਰਾਂ ਘੁਲਦੇ ਗੱਭਰੂ ਪੈਂਦੀਆਂ ਛਿੰਝਾਂ ਪੰਜਾਬ ਦਾ ਚਿੱਤਰਕਾਰੀ ਕਲਾ ਪੰਜਾਬ ਦੀ ਚਿੱਤਰਕਾਰੀ ਕਲਾ ਕੰਧ ਚਿੱਤਰਾਂ ਦੀ ਕਲਾ ਮੂਰਤੀ ਕਲਾ ਇਸ ਪੁਸਤਕ ਵਿੱਚ ਤਸਵੀਰਾਂ ذریعے ਸਾਂਭੀ ਹੋਈ ਹੈ ਤੇ ਇਸ ਪੁਸਤਕ ਨੂੰ ਹਾਲੇ ਜੇ ਤੁਸੀਂ ਨਹੀਂ ਜਾਣਿਆ ਤੁਹਾਨੂੰ ਨਹੀਂ ਪਤਾ ਸੀ ਤਾਂ ਜ਼ਰੂਰ ਯਤਨ ਕਰੋ ਕੋਸ਼ਿਸ਼ ਕਰੋ ਕਿ ਆਪਣੇ ਘਰਾਂ ਤੱਕ ਡਾਕਟਰ ਮਹਿੰਦਰ ਸਿੰਘ ਰੰਦਾਵਾ ਹੁਰਾਂ ਦੀ ਇਹ ਪੁਸਤਕ ਜਿਸ ਨੂੰ ਪਾਸ਼ਾ ਵਿਭਾਗ ਨੇ ਛਾਪਿਆ ਬੜੀ ਥੋੜੀ ਕੀਮਤ ਹੈ 2.5 300 ਰੁਪਿਆ ਕੁਝ ਵੀ ਨਹੀਂ ਜਿੱਡੀ ਵੱਡੀ ਇਹ ਕਿਤਾਬ ਹੈ ਜੇ ਤੁਸੀਂ ਆਪਣੇ ਘਰਾਂ ਚ ਲੈ ਕੇ ਆਉਂਗੇ ਤਾਂ ਅਸੀਂ ਸਮਝਾਂਗੇ ਅਸੀਂ ਜਿਹੜਾ ਯਤਨ ਕਰ ਰਹੇ ਹਾਂ ਉਹਦੇ ਚ ਵੀ ਸਫਲ ਹਾਂ ਤੇ ਤੁਸੀਂ ਉਸ ਯਤਨ ਚ ਸਫਲ ਹਾਂ ਕਿ ਪੰਜਾਬੀਅਤ ਨੂੰ ਘਰ ਲਿਆ ਲਿਆਂਦਾ ਪੰਜਾਬ ਨੂੰ ਘਰ ਲਿਆਂਦਾ ਤੇ ਆਉਣ ਵਾਲੀਆਂ ਨਸਲਾਂ ਦੇ ਹਵਾਲੇ ਬੜਾ ਕੁਝ ਕਰਕੇ ਜਾਓਗੇ ਇਸ ਕਿਤਾਬਾਰੇ ਹਲੇ ਥੋੜੀ ਜਿਹੀ ਗੱਲ ਹੋਰ ਕਰਾਂਗੇ ਪਰ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਤੁਹਾਨੂੰ ਫਿਰ ਜਿਆਨੂ ਆਖਦਾ ਔਰ ਮੈਂ ਵੀ ਸਮਝਦਾ ਮੈਨੂੰ ਵੀ ਖੁਸ਼ੀ ਹੈ ਕਿ ਪੰਜਾਬ ਦੀ ਗੱਲ ਕਰ ਰਹੇ ਆਂ ਔਰ ਪੰਜਾਬ ਪੁਸਤਕ ਦੀ ਗੱਲ ਕਰ ਰਹੇ ਆਂ ਔਰ ਜਸ ਪੰਧਰੀ ਜਰੀਏ ਕਰ ਰਹੇ ਆਂ ਇਸ ਸਦਾਰੇ ਨੂੰ ਵੀ ਮੁਬਾਰਕਬਾਦ ਦੇਣੀ ਬਣਦੀ ਹੈ ਅਜਿਹੇ ਮੰਚ ਪ੍ਰਦਾਨ ਕਰਨੇ ਵੀ ਕਾਫੀ ਔਖੇ ਨੇ ਕਹਿੰਦੇ ਨੇ ਕਿ ਇੱਕ ਕਵਿਤਾ ਜਿਹੜੀ ਉਹਦੀਆਂ ਇੱਕ 17 ਜਿਹੜੀ ਸਾਡੀ ਅਖਾਣਜਾ ਬਣ ਚੁੱਕਾ ਹੈ ਕਿ ਏਕ ਹੁਸਨ ਆਦਮੀ ਹਜ਼ਾਰ ਹੁਸਨ ਕਪੜਾ ਲੱਖ ਹੁਸਨ ਜੇਬਰ ਤੇ ਕਰੋੜ ਹੁਸਨ ਨਖਰਾ ਘਰ ਦੀ ਖੁਸ਼ਹਾਲੀ ਘਰ ਦੀ ਆਰਥਿਕਤਾ ਜਿੱਥੋਂ ਪਰਖੀ ਜਾਂਦੀ ਸੀ ਕਿ ਔਰਤ ਨੇ ਗਹਿਣੇ ਕਿਹੜੇ ਪਹਿਨੇ ਆ ਤੇ ਕਿੱਦਾਂ ਦੇ ਪਹਿਨੇ ਆ ਤੇ ਕਿਹੜੀ ਧਾਤ ਦੇ ਪਹਿਨੇ ਨੇ ਪੰਜਾਬਣਾਂ ਗਹਿਣਿਆਂ ਦੀਆਂ ਸ਼ੌਕੀਨ ਰਹੀਆਂ ਨੇ ਹਾਰ ਸ਼ਿੰਗਾਰ ਪੰਜਾਬਣਾਂ ਵਰਗਾ ਸ਼ਾਇਦ ਕਿਸੇ ਹੋਰ ਨੇ ਨਾ ਕੀਤਾ ਹੋਵੇ ਇਹ ਪੰਜਾਬ ਦੀ ਆਰਥਿਕ ਖੁਸ਼ਹਾਲੀ ਦੀ ਨਿਸ਼ਾਨੀ ਸੀ ਇਸ ਪੁਸਤਕ ਚ ਲੋਕ ਤਿਉਹਾਰਾਂ ਦੀ ਗੱਲ ਕੀਤੀ ਗਈ ਆ ਮੇਲਿਆਂ ਦੀ ਗੱਲ ਕੀਤੀ ਗਈ ਆ ਸ਼ਾਇਰਾਂ ਦੀ ਗੱਲ ਕੀਤੀ ਗਈ ਹੈ ਡਾਕਟਰ ਸਾਧੂ ਸਿੰਘ ਹਮਦਾਰ ਦੇ ਸੋਨ ਸਿੰਘ ਮੀਸ਼ਾ ਅਮਰਤਾ ਪ੍ਰੀਤਮ ਪ੍ਰੋਫੈਸਰ ਮੋਹਨ ਸਿੰਘ ਤੇ ਨਾਲ-ਨਾਲ ਸਾਡੇ ਕਿੱਸਾ ਕਾਵ ਪ੍ਰੀਤ ਗਥਾਵਾਂ ਸੋਣੀ ਬਹੀਵਾਲ ਮਿਰਜ਼ਾ ਸਾਹਿਬਾਂ ਮਿਰ ਹਸਸੀ ਪੰਨੂ ਇਹਨਾਂ ਦਾ ਜ਼ਿਕਰ ਵੀ ਇਸ ਪੁਸਤਕ 'ਚ ਹੈ ਜਿਨ੍ਹਾਂ ਦਾ ਸਿੱਧਾ ਤੇ ਸਿੱਧਾ ਸੰਬੰਧ ਜਿਹੜਾ ਪੰਜਾਬੀ ਸਭਾ ਨਾਲ ਮਿਲਦਾ ਹੈ ਕਹਿੰਦੇ ਨੇ ਕਿ ਜਦੋਂ ਪੰਗੜਾ ਪੈਂਦਾ ਤੇ ਢੋਲ ਤੇ ਤਿੰਨ ਤਰਾਂ ਤਿੰਨ ਤਿੰਨ ਉੱਠਦੀ ਐ ਇਸ ਤਾਲ ਨਾਲ ਦੁਨੀਆ ਦੇ ਹਰ ਬੰਦੇ ਨੂੰ ਪਤਾ ਲੱਗ ਜਾਂਦਾ ਭਾਵੇਂ ਚਾਹੇ ਪੰਗੜਾ ਰੂਸ 'ਚ ਪਵੇ ਚਾਹੇ ਅਮਰੀਕਾ 'ਚ ਪਵੇ ਚਾਹੇ ਕੈਨੇਡਾ 'ਚ ਪਵੇ ਚਾਹੇ ਜਾਪਾਨ 'ਚ ਪਵੇ ਕਿ ਪੰਜਾਬੀਆਂ ਦਾ ਸਭ ਤੋਂ ਵੱਡਾ ਲੋਕ ਨਾਚ ਹੈ ਜੇ ਗਿੱਧੇ 'ਚ ਬੋਲੀਆਂ ਪੈਂਦੀਆਂ ਹੋਣ ਮੁਟਿਆਰਾਂ ਦੂਰੀਆਂ ਹੋ ਹੋ ਨੱਚਦੀਆਂ ਹੋਣ ਤਾਂ ਦੁਨੀਆ ਪਰ ਦੇ ਲੋਕ ਕਹਿੰਦੇ ਨੇ ਇਹ ਆ ਪੰਜਾਬ ਤੇ ਪੰਜਾਬੀ ਜਦੋਂ ਘੋਲਦੇ ਹੋਣ ਕਬੱਡੀ ਖੇਡਦੇ ਹੋਣ ਫਿਰ ਲੋਕ ਕਹਿੰਦੇ ਨੇ ਆਇਆ ਪੰਜਾਬ ਜੁਸ਼ੀਲੇ ਪੰਜਾਬੀਆਂ ਦਾ ਪੰਜਾਬ ਪਰ ਕੀ ਕਰੀਏ ਕੀ ਦੀਆਂ ਨਜ਼ਰਾਂ ਲੱਗੀਆਂ ਨੇ ਅਮਰਤਾ ਪ੍ਰੀਤਮ ਨੇ ਵਾਰਿਸਾਂ ਨੂੰ ਮੀਣਾ ਮਰਿਆ ਸੀ ਕਿ ਇੱਕ ਰੋਈ ਸੀਤੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਬੈਣ ਅੱਜ ਲੱਖਾਂ ਧੀਆਂ ਰੋਂਦੀਆਂ ਤੈਨ ਵਾਰਸਾਂ ਨੂੰ ਕਹਿਣ ਹੁਣ ਪੰਜਾਬ ਸੱਚੀ ਮੁੱਚੀ ਜਿਹੜਾ ਉਹਨੂੰ ਕੋਈ ਨਜ਼ਰ ਲੱਗ ਗਈ ਹੈ ਪਾਤਰ ਸਾਹਿਬ ਵੀ ਕਹਿੰਦੇ ਨੇ ਕਿ ਬਾੜ ਕੇ ਮਿਰਚਾਂ ਕੋੜੀਆਂ ਦੀ ਨਜ਼ਰ ਉਤਾਰੋ ਲੱਗੀ ਨਜ਼ਰ ਪੰਜਾਬ ਨੂੰ ਸੋ ਬੜਾ ਕੁਝ ਇਸ ਵੇਲੇ ਫੇਕਰ ਮੰਡੀ ਚ ਸਾਨੂੰ ਲੈ ਕੇ ਜਾ ਰਿਹਾ ਪਰ ਜਦੋਂ ਇਦਾਂ ਦੀਆਂ ਕਿਤਾਬਾਂ ਤੁਸੀਂ ਪੜੋਗੇ ਤੁਸੀਂ ਨਵੀਂ ਪੀੜੀ ਨੂੰ ਪੜਨ ਲਾਉਂਗੇ ਅੰਦਰ ਇੱਕ ਖਾਸ ਕਿਸਮ ਦੀ ਹਲਚਲ ਤੇ ਹਿਲਜੁਲ ਪੈਦਾ ਹੋਏਗੀ ਉਹ ਹਿਲਜੁਲ ਤੁਹਾਡੇ ਅੰਦਰ ਉਤਸ਼ਾਹ ਪੈਦਾ ਕਰੇਗੀ ਕਿ ਤੁਹਾਡੇ ਅੰਦਰ ਇੱਕ ਖੂਨ ਵਗਦਾ ਜਿਹੜਾ ਪੰਜਾਬੀਆਂ ਦਾ ਖੂਨ ਹੈ ਤੇ ਪੰਜਾਬੀ ਚੜ੍ਹਦੀ ਕਲਾ 'ਚ ਰਹਿਣ ਵਾਲੀ ਕੌਮ ਹੈ ਤੇ ਪੰਜਾਬ ਗੁਰੂਆਂ ਨੇ ਗੁਰੂਆਂ ਦੀ ਸਿੱਖਿਆ ਲੈ ਕੇ ਬਹੁਤ ਕੁਝ ਵੰਡਣ ਵਾਲਾ ਪੰਜਾਬ ਹੈ ਇਹ ਲੰਗਰ ਲਾਉਣ ਵਾਲਾ ਦੁਖੀਆਂ ਗਰੀਬਾਂ ਦੀ ਬਾਹ ਫੜਨ ਵਾਲਾ ਨਿਆਸਰਿਆਂ ਦਾ ਆਸਰਾ ਬਣਨ ਵਾਲਾ ਦੂਜਿਆਂ ਲਈ ਕੁਰਬਾਨ ਹੋਣ ਵਾਲਾ ਪੰਜਾਬ ਹੈ ਤੇ ਇਸ ਪੰਜਾਬ ਨੂੰ ਪੰਜਾਬ ਬਣਾ ਕੇ ਰੱਖਣ ਚ ਯੋਗਦਾਨ ਪਾਈਏ ਦੁਆ ਕਰਾਂਗੇ ਕਿ ਪੰਜਾਬ ਬਸਦਾ ਰਹੇ ਤੇ ਮੈਂ ਮਹਿੰਦਰ ਸਿੰਘ ਰੰਦਾਵਾ ਹੁਰਾਂ ਦੀ ਇਸ ਇਤਿਹਾਸਿਕ ਦਸਤਾਵੇਜ਼ੀ ਪੁਸਤਕ ਨੂੰ ਸੈਲੂਟ ਕਰਦਾ ਸਲਾਮ ਕਰਦਾ ਜਿਹਦੇ 700 ਤੋਂ ਵੱਧ ਪੰਨਿਆਂ ਤੇ ਇੱਕ ਇੱਕ ਅੱਖਰ ਪੰਜਾਬ ਦੇ ਗੁਣਗਾਇਨ ਕੀ ਨਹੀਂ ਕਰਦਾ ਸਗੋਂ ਨਵੀਆਂ نسلਾਂ ਨੂੰ ਇੱਕ ਸੁਨੇਹਾ ਦਿੱਕੇ ਜਾਂਦਾ ਕਿਤਾਬ ਨੂੰ ਆਪਣੇ ਘਰ ਲੈ ਕੇ ਆਓ ਯਕੀਨੀ ਬਣਾਓ ਔਰ ਮੈਂ ਵਿਸ਼ਵਾਸ ਨਾ ਮਾਂਗਾ ਕਿ ਤੁਸੀਂ ਜ਼ਿੰਦਗੀ ਦਾ ਇੱਕ ਸਫਲ ਕਾਰਜ ਕਰ ਲਿਆ ਹੋਵੇਗਾ ਇਥੇ ਹੀ ਐਸੇ ਸ਼ੋਕ ਪਾਰਾ ਨੂੰ ਇਜਾਜ਼ਤ ਦਿਓ ਅਗਲੇ ਹਫਤੇ ਫਿਰ ਕਿਸੇ ਪੁਸਤਕ ਦੀ ਗੱਲ ਕਰਾਂਗੇ ਮਿਹਰਬਾਨੀ ਸ਼ੁਕਰੀਆ ਰੱਬ ਰੱਖ